ਬਾਈ ਕਿਹੜੀ ਜਥੇਬੰਦੀ ਨਾਲ ਤੁਸੀਂ ਰਿਲੇਟਡ ਹੋ? ਬੀਕੇਯੂ ਸਿੱਧੂ ਪਰ ਬਲਾਕ ਆਗੂ ਲਹਿਰਾ। 13 ਫਰਵਰੀ ਨੂੰ ਸਾਡਾ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ, ਅਸੀਂ ਹਰ ਹਾਲਤ ਦਿੱਲੀ ਜਾਵਾਂਗੇ। ਤੇ ਹਰਿਆਣਾ ਜਿਹੜੇ ਅੱਗੇ ਬਾਰਡਰ ਪੈਂਦਾ ਆਪਣਾ, ਹਰਿਆਣਾ ਪ੍ਰਸ਼ਾਸਨ ਨੇ ਵੱਡੇ ਵੱਡੇ ਬੈਰੀਕੇਡ ਲਾਤੇ, ਪੱਥਰ ਲਾਤੇ ਕਿ ਕਿਸਾਨਾਂ ਨੂੰ ਅਸੀਂ ਇੱਥੋਂ ਲੰਘਣ ਨਹੀਂ ਦੇਣਾ। ਦੇਖੋ ਇਹ ਸਰਕਾਰ ਦਾ ਕੰਮ ਹੈ, ਸਰਕਾਰ ਨੇ ਕਰਨਾ, ਕਿਸਾਨਾਂ ਨੇ ਆਪਦਾ ਕੰਮ ਕਰਨਾ, ਕਿਸਾਨਾਂ ਨੇ ਹਰ ਹਾਲਤ ਦਿੱਲੀ ਜਾਣਾ, ਅਸੀਂ ਦਿੱਲੀ ਜਾਵਾਂਗੇ। ਅਸੀਂ ਸੰਭਵ ਹੋਵੇਗਾ ਜਿਹੜੇ ਪੱਥਰ ਤੋੜਨੇ? ਨਹੀਂ ਪੱਥਰ ਤੋੜਨਾ ਕੋਈ ਉਹ ਨਹੀਂ, ਪਹਿਲਾਂ ਵੀ ਅਸੀਂ ਜਦੋਂ ਪਹਿਲਾਂ ਦਿੱਲੀ ਗਏ ਆ, ਜਦ ਵੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਏ ਨੇ ਖਨੌਰੀ, ਅਸੀਂ ਜਦ ਵੀ ਦਿੱਲੀ ਹਰ ਸਾਰੇ ਬੈਰੀਕੇਡ ਤੋੜ ਕੇ ਅਸੀਂ ਦਿੱਲੀ ਗਏ ਆ, ਹੁਣ ਵੀ ਦਿੱਲੀ ਜਾਵਾਂਗੇ। ਪੰਜਾਬ ਦੀਆਂ ਕਿੰਨੇ ਜਥੇਬੰਦੀਆਂ ਜਾ ਰਹੀਆਂ? ਪੰਜਾਬ ਦੀਆਂ ਬਹੁਤ ਸਾਰੀਆਂ, ਪੂਰੇ ਉੱਤਰ ਭਾਰਤ ਦੀਆਂ ਬਹੁਤ ਜ਼ਿਆਦਾ ਜਥੇਬੰਦੀਆਂ ਜਾ ਰਹੀਆਂ ਨੇ, ਜਿਹੜੀਆਂ 18 ਜਥੇਬੰਦੀਆਂ ਇੱਕ ਨੇ ਤੇ ਇੱਕ ਸੰਯੁਕਤ ਆਪਣਾ ਆਪਣਾ ਸਿੱਧੂਪੁਰ ਦਾ ਜਿਹੜਾ ਬਗੈਰ ਰਾਜਨੀਤਿਕ ਡੱਲੇਵਾਲ ਦਾ ਗਰੁੱਪ ਹੈ ਉਹ ਨਾਲ ਜਾ ਰਿਹਾ। ਗ੍ਰਾਹਾਂ ਯੂਨੀਅਨ ਨਾਲ? ਨਹੀਂ, ਗ੍ਰਾਹਾਂ ਦਾ ਆਪਦਾ ਫੈਸਲਾ ਹੈ, ਗ੍ਰਾਹਾਂ ਅਜੇ ਦਾ ਕੋਈ ਬਿਆਨ ਨਹੀਂ ਆਇਆ ਵੀ ਉਹਨਾਂ ਨੇ ਜਾਣਾ ਹੈ, ਪਤਾ ਨਹੀਂ ਨਾ ਜਾਣਾ, ਸਾਨੂੰ ਉਹਦੇ ਬਾਰੇ ਕੋਈ। ਪਿੰਡਾਂ 'ਚੋਂ ਕਿੰਨਾ ਕੁ ਸਹਿਯੋਗ ਮਿਲੇਗਾ? ਪਿੰਡਾਂ ਦਾ ਬਹੁਤ ਹੈ, ਪਿੰਡਾਂ 'ਚੋਂ ਪਹਿਲਾਂ ਨਾਲੋਂ ਵੀ ਵੱਧ ਹੁਣ ਕਿਸਾਨ ਦਿੱਲੀ ਜਾਣਗੇ। ਹਾਂਜੀ ਬਾਈ ਜੀ, ਕਿਵੇਂ ਦੇਖਦੇ ਹੋ ਅੱਜ ਨਾਕਾਬੰਦੀ ਜਿਹੜੀ ਹੈ 13 ਤਰੀਕ ਤੋਂ ਪਹਿਲਾਂ ਹੀ ਅੱਜ 10 ਤਰੀਕ ਨੂੰ ਸ਼ੁਰੂ ਕਰਤੀ ਹਰਿਆਣਾ ਪੁਲਿਸ ਨੇ? ਇਹ ਲੋਕਾਂ ਨੂੰ ਜੀ ਬਹੁਤ ਹੀ ਖੱਜਲ ਖੁਆਰ ਕਰ ਰਹੇ ਆ, ਦੁਕਾਨਦਾਰਾਂ ਨੂੰ ਜੀ, ਜਿਵੇਂ ਸਾਡੇ ਵਰਗੇ, ਸਾਡੇ ਇੱਧਰ ਫੈਕਟਰੀ ਹੈ ਜੀ 2 ਕਿਲੋਮੀਟਰ ਦੇ ਦਾਇਰੇ 'ਚ ਜੀ, ਅਸੀਂ ਬਹੁਤ ਆਉਣ ਜਾਣ 'ਚ ਪਰੇਸ਼ਾਨੀ ਸਾਨੂੰ ਦਿੱਕਤ ਹੋ ਰਹੀ ਹੈ, ਤੇ ਹੋਰ ਲੋਕਾਂ ਨੂੰ ਵੀ ਜਿਵੇਂ ਹੋਸਪਿਟਲ ਵਗੈਰਾ ਮਰੀਜ਼ਾਂ ਦੀ, ਇੱਥੇ ਨੇੜੇ ਕੋਈ ਵਧੀਆ ਹੋਸਪਿਟਲ ਨਹੀਂ ਹੈਗਾ, ਜਾਂ ਹਿਸਾਰ ਹੈ ਜਾਂ ਫਿਰ ਪਟਿਆਲੇ ਜਾਣਾ ਪੈਂਦਾ ਹੈ, ਮਰੀਜ਼ਾਂ ਨੂੰ ਬਹੁਤ ਹੀ ਦਿੱਕਤ ਹੋ ਰਹੀ ਹੈ ਜੀ ਆਉਣ ਜਾਣ 'ਚ ਜੀ, ਤੇ ਇਹ ਨੱਕੇ ਲਾਉਣ ਨਾਲ, ਮਿੱਟੀ ਲਾਉਣ ਨਾਲ ਕੁਛ ਨਹੀਂ ਹੋ ਸਕਦਾ ਜੀ, ਇਹ ਤਾਂ ਪਹਿਲੇ ਹੱਲੇ ਹੀ ਜਾਣਗੇ ਜੀ, ਟੁੱਟ ਜਾਣਗੇ ਜੀ। ਹਾਂਜੀ ਹਾਂਜੀ, ਉਹ ਅੱਗੇ ਵੀ 2000 ਜਦੋਂ ਪਹਿਲਾਂ ਅੰਦੋਲਨ ਚੱਲਿਆ ਸੀ ਉਦੋਂ ਵੀ ਬਹੁਤ ਹੀ ਬੈਰੀਕੇਡ ਲਾਏ ਹੋਏ ਸੀ, ਸਖਤੀ ਕਰੀ ਹੋਈ ਸੀ ਗੌਰਮੈਂਟ ਨੇ, ਫਿਰ ਵੀ ਟੱਪ ਗਏ, ਤਾਂ ਕੁਛ ਵੀ ਨਹੀਂ ਹੈਗਾ ਉਸ ਹਵਾਲੇ ਕੀਤਾ ਜੀ, ਤੇ ਖੱਜਰ ਖੁਆਰੀ ਦਾ ਜ਼ਿਆਦਾ ਉਹ ਹੈ ਜੀ ਪਿੰਡਾਂ 'ਚ ਜੀ। ਹਾਂਜੀ, ਕੀ ਨਾਮ ਹੈ, ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਨਾਮ ਇੰਦਰ ਸਿੰਘ ਹੈ ਜੀ, ਰਾਮਪੁਰਾ ਗੁਜਰਾ ਹੈ। ਤੇ ਅੱਜ ਤੁਸੀਂ ਕਿਵੇਂ ਦੇਖਦੇ ਹੋ ਨਾਕੇਬੰਦੀ ਕਰੀ ਹੈ ਪੰਜਾਬ ਹਰਿਆਣੇ ਬਾਰਡਰ ਤੇ, ਕਿਵੇਂ ਦੇਖਦੇ ਹੋ? ਅਸੀਂ ਜੀ ਦੇ ਕਿਸਾਨ 13 ਤਰੀਕ ਨੂੰ ਲੰਘਣੇ ਨੇ, 10 ਨੂੰ ਬੰਦ ਕਰਤਾ ਹੈ, ਕੋਈ ਬੰਬਾਰ ਸ਼ਮਾਰ ਹੋ ਗਿਆ ਉਹ ਅਸੀਂ ਕਿੱਧਰ ਲੈ ਕੇ ਜਾਵਾਂਗੇ, ਅਸੀਂ ਢੁਆਣੇ ਲੈ ਕੇ ਆਉਂਦੇ ਹਾਂ। ਹਾਂਜੀ, ਇਹ ਪਹਿਲਾਂ ਹੀ ਬੰਦ ਕਰਤਾ ਜੀ। ਕਿਵੇਂ ਲੱਗਦਾ ਤੁਹਾਨੂੰ? ਸਾਨੂੰ ਤਾਂ ਬਹੁਤ ਔਖਾ ਲੱਗ ਰਿਹਾ ਜੀ। ਹਾਂਜੀ, ਬਹੁਤ ਦੁਨੀਆ ਪਰੇਸ਼ਾਨ ਹੋਏਗੀ ਜੀ। ਹਾਂਜੀ, ਅਸੀਂ ਇਹ ਕਰਦੇ ਹਾਂ ਥੋੜਾ ਬਾਲਾ ਨਾਕਾ ਕੋਈ ਖੁੱਲਾ ਹੋ ਜਾਏ ਕੋਈ ਲੰਘਣ ਨੂੰ। ਹਾਂਜੀ ਬਾਈ, ਕਿਹੜੀ ਜਥੇਬੰਦੀ ਨਾਲ ਤੁਸੀਂ ਰਿਲੇਟਡ ਹੋ? ਬੀਕੇਯੂ ਸਿੱਧੂ ਪਰ ਬਲਾਕ ਆਗੂ ਲਹਿਰਾ। 13 ਫਰਵਰੀ ਦਾ ਦਿਨ ਹੈ ਜਿਹੜਾ, ਕਿਵੇਂ ਦੇਖਦੇ? 13 ਫਰਵਰੀ ਨੂੰ ਸਾਡਾ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ, ਅਸੀਂ ਹਰ ਹਾਲਤ ਦਿੱਲੀ ਜਾਵਾਂਗੇ। ਤੇ ਹਰਿਆਣਾ ਜਿਹੜੇ ਅੱਗੇ ਬਾਰਡਰ ਪੈਂਦਾ ਆਪਣਾ, ਹਰਿਆਣਾ ਪ੍ਰਸ਼ਾਸਨ ਨੇ ਵੱਡੇ ਵੱਡੇ ਬੈਰੀਕੇਡ ਲਾਤੇ, ਪੱਥਰ ਲਾਤੇ ਕਿ ਕਿਸਾਨਾਂ ਨੂੰ ਅਸੀਂ ਇੱਥੋਂ ਲੰਘਣ ਨਹੀਂ ਦੇਣਾ। ਦੇਖੋ ਇਹ ਸਰਕਾਰ ਦਾ ਕੰਮ ਹੈ, ਸਰਕਾਰ ਨੇ ਕਰਨਾ, ਕਿਸਾਨਾਂ ਨੇ ਆਪਦਾ ਕੰਮ ਕਰਨਾ, ਕਿਸਾਨਾਂ ਨੇ ਹਰ ਹਾਲਤ ਦਿੱਲੀ ਜਾਣਾ, ਅਸੀਂ ਦਿੱਲੀ ਜਾਵਾਂਗੇ। ਅਸੀਂ ਸੰਭਵ ਹੋਵੇਗਾ ਜਿਹੜੇ ਪੱਥਰ ਤੋੜਨੇ? ਨਹੀਂ, ਪੱਥਰ ਤੋੜਨਾ ਕੋਈ ਉਹ ਨਹੀਂ, ਪਹਿਲਾਂ ਵੀ ਅਸੀਂ ਜਦੋਂ ਪਹਿਲਾਂ ਦਿੱਲੀ ਗਏ ਆ, ਜਦ ਵੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਏ ਨੇ ਖਨੌਰੀ, ਅਸੀਂ ਜਦ ਵੀ ਦਿੱਲੀ ਹਰ ਸਾਰੇ ਬੈਰੀਕੇਡ ਤੋੜ ਕੇ ਅਸੀਂ ਦਿੱਲੀ ਗਏ ਆ, ਹੁਣ ਵੀ ਦਿੱਲੀ ਜਾਵਾਂਗੇ। ਪੰਜਾਬ ਦੀਆਂ ਕਿੰਨੇ ਜਥੇਬੰਦੀਆਂ ਜਾ ਰਹੀਆਂ? ਪੰਜਾਬ ਦੀਆਂ ਬਹੁਤ ਸਾਰੀਆਂ, ਪੂਰੇ ਉੱਤਰ ਭਾਰਤ ਦੀਆਂ ਬਹੁਤ ਜ਼ਿਆਦਾ ਜਥੇਬੰਦੀਆਂ ਜਾ ਰਹੀਆਂ ਨੇ, ਜਿਹੜੀਆਂ 18 ਜਥੇਬੰਦੀਆਂ ਇੱਕ ਨੇ ਤੇ ਇੱਕ ਸੰਯੁਕਤ ਆਪਣਾ ਆਪਣਾ ਸਿੱਧੂਪੁਰ ਦਾ ਜਿਹੜਾ ਬਗੈਰ ਰਾਜਨੀਤਿਕ ਡੱਲੇਵਾਲ ਦਾ ਗਰੁੱਪ ਹੈ ਉਹ ਨਾਲ ਜਾ ਰਿਹਾ। ਗ੍ਰਾਹਾਂ ਯੂਨੀਅਨ ਨਾਲ?
ਨਹੀਂ ਗ੍ਰਾਹਾਂ ਦਾ ਆਪਦਾ ਫੈਸਲਾ ਹੈ, ਗ੍ਰਾਹਾਂ ਅਜੇ ਦਾ ਕੋਈ ਬਿਆਨ ਨਹੀਂ ਆਇਆ ਵੀ ਉਹਨਾਂ ਨੇ ਜਾਣਾ ਪਤਾ ਨਹੀਂ ਨਾ ਜਾਣਾ ਸਾਨੂੰ ਉਹਦੇ ਬਾਰੇ। ਪਿੰਡਾਂ ਦਾ ਬਹੁਤ ਹੈ, ਪਿੰਡਾਂ ਚੋਂ ਪਹਿਲਾਂ ਨਾਲੋਂ ਵੀ ਵੱਧ ਹੁਣ ਕਿਸਾਨ ਦਿੱਲੀ ਜਾਣਗੇ। ਹਾਂਜੀ ਬਾਈ ਜੀ, ਕਿਵੇਂ ਦੇਖਦੇ ਹੋ ਅੱਜ ਨਾਕਾਬੰਦੀ ਜਿਹੜੀ ਹੈ 13 ਤਰੀਕ ਤੋਂ ਪਹਿਲਾਂ ਹੀ ਅੱਜ 10 ਤਰੀਕ ਨੂੰ ਸ਼ੁਰੂ ਕਰਤੀ ਹਰਿਆਣਾ ਪੁਲਿਸ ਨੇ? ਇਹ ਲੋਕਾਂ ਨੂੰ ਜੀ ਬਹੁਤ ਹੀ ਖੱਜਲ ਖੁਆਰ ਕਰ ਰਹੇ ਆ, ਦੁਕਾਨਦਾਰਾਂ ਨੂੰ ਜੀ, ਜਿਵੇਂ ਸਾਡੇ ਵਰਗੇ, ਸਾਡੇ ਇੱਧਰ ਫੈਕਟਰੀ ਹੈ ਜੀ 2 ਕਿਲੋਮੀਟਰ ਦੇ ਦਾਇਰੇ ਚ ਜੀ, ਅਸੀਂ ਬਹੁਤ ਆਉਣ ਜਾਣ ਪਰੇਸ਼ਾਨੀ ਸਾਨੂੰ ਦਿੱਕਤ ਹੋ ਰਹੀ ਹੈ, ਤੇ ਹੋਰ ਲੋਕਾਂ ਨੂੰ ਵੀ ਜਿਵੇਂ ਹਸਪੀਟਲ ਵਗੈਰਾ ਮਰੀਜ਼ਾਂ ਦੀ ਇੱਥੇ ਨੇੜੇ ਕੋਈ ਵਧੀਆ ਹਸਪੀਟਲ ਨਹੀਂ ਹੈਗਾ, ਜਾਂ ਹਿਸਾਰ ਹੈ ਜਾਂ ਫਿਰ ਪਟਿਆਲੇ ਜਾਣਾ ਪੈਂਦਾ ਹੈ, ਮਰੀਜ਼ਾਂ ਨੂੰ ਬਹੁਤ ਹੀ ਦਿੱਕਤ ਹੋ ਰਹੀ ਹੈ ਜੀ ਆਉਣ ਜਾਣ ਚ ਜੀ, ਤੇ ਇਹ ਨੱਕੇ ਲਾਉਣ ਨਾਲ ਮਿੱਟੀ ਲਾਉਣ ਨਾਲ ਕੁਛ ਨਹੀਂ ਹੋ ਸਕਦਾ ਜੀ, ਇਹ ਤਾਂ ਪਹਿਲੇ ਹੱਲੇ ਹੀ ਜਾਣਗੇ ਜੀ, ਟੁੱਟ ਜਾਣਗੇ ਜੀ। ਹਾਂਜੀ ਹਾਂਜੀ, ਉਹ ਅੱਗੇ ਵੀ 2000 ਜਦੋਂ ਪਹਿਲਾਂ ਅੰਦੋਲਨ ਚੱਲਿਆ ਸੀ ਉਦੋਂ ਵੀ ਬਹੁਤ ਹੀ ਬੈਰੀਕੇਡ ਲਾਏ ਹੋਏ ਸੀ, ਸਖਤੀ ਕਰੀ ਹੋਈ ਸੀ ਗੌਰਮੈਂਟ ਨੇ, ਫਿਰ ਵੀ ਟੱਪ ਗਏ, ਤਾਂ ਕੁਛ ਵੀ ਨਹੀਂ ਹੈਗਾ ਉਸ ਹਵਾਲੇ ਕੀਤਾ ਜੀ, ਤੇ ਖੱਜਰ ਖੁਆਰੀ ਦਾ ਜ਼ਿਆਦਾ ਉਹ ਹੈ ਜੀ ਪਿੰਡਾਂ ਚ ਜੀ। ਹਾਂਜੀ, ਕੀ ਨਾਮ ਹੈ, ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਨਾਮ ਇੰਦਰ ਸਿੰਘ ਹੈ ਜੀ, ਰਾਮਪੁਰਾ ਗੁਜਰਾ ਹੈ। ਤੇ ਅੱਜ ਤੁਸੀਂ ਕਿਵੇਂ ਦੇਖਦੇ ਹੋ ਨਾਕੇਬੰਦੀ ਕਰੀ ਹੈ ਪੰਜਾਬ ਹਰਿਆਣੇ ਬਾਰਡਰ ਤੇ, ਕਿਵੇਂ ਦੇਖਦੇ ਹੋ? ਅਸੀਂ ਜੀ ਜੇ ਕਿਸਾਨ 13 ਤਰੀਕ ਨੂੰ ਲੰਘਣੇ ਨੇ 10 ਨੂੰ ਬੰਦ ਕਰਤਾ ਹੈ, ਕੋਈ ਬਿਮਾਰ ਸ਼ਮਾਰ ਹੋ ਗਿਆ ਉਹ ਅਸੀਂ ਕਿੱਧਰ ਲੈ ਕੇ ਜਾਵਾਂਗੇ, ਅਸੀਂ ਢੁਆਣੇ ਲੈ ਕੇ ਆਉਂਦੇ ਹਾਂ। ਹਾਂਜੀ, ਇਹ ਪਹਿਲਾਂ ਹੀ ਬੰਦ ਕਰਤਾ ਜੀ। ਕਿਵੇਂ ਲੱਗਦਾ ਤੁਹਾਨੂੰ? ਸਾਨੂੰ ਤਾਂ ਬਹੁਤ ਔਖਾ ਲੱਗ ਰਿਹਾ ਜੀ। ਹਾਂਜੀ, ਬਹੁਤ ਦੁਨੀਆ ਪਰੇਸ਼ਾਨ ਹੋਏਗੀ ਜੀ। ਹਾਂਜੀ, ਅਸੀਂ ਇਹ ਕਰਦੇ ਹਾਂ ਥੋੜਾ ਬਾਲਾ ਨਾਕਾ ਕੋਈ ਖੁੱਲਾ ਹੋ ਜਾਏ ਕੋਈ ਲੰਘਣ ਨੂੰ। ਹਾਂਜੀ।